ਉਹ ਇਸ ਤਲਵਾਰ ਦੇ ਉੱਤੇ ਪਾਬੰਦੀਆਂ ਲਗਾਉਣ ਦੀ ਵੀ ਗੱਲ ਕਰਦੇ ਨੇ। ਕੁਝ ਸਿੱਖਾਂ ਦੇ ਉੱਤੇ ਇਸ ਕਰਕੇ ਜਿਹੜਾ ਹੈ ਉਹ ਆਰਮਸ ਐਕਟ ਅਧੀਨ ਪਰਚੇ ਦਰਜ ਕਰ ਦਿੱਤੇ ਗਏ ਕਿ ਉਹਨਾਂ ਦੇ ਘਰੋਂ ਸ੍ਰੀ ਸਾਹਿਬ ਕਿਰਪਾਨਾਂ ਜਿਹੜੀਆਂ ਨੇ ਕੁਝ ਪ੍ਰਾਪਤ ਹੋਈਆਂ ਨੇ। ਲਈ ਇਹ ਬਹੁਤ ਵੱਡਾ ਜਿਹੜਾ ਹੈ ਇਹ ਇੱਕ ਕਕਾਰ ਵੀ ਹੈ ਪੰਜ ਕਕਾਰਾਂ ਦੇ ਵਿੱਚੋਂ ਸ੍ਰੀ ਸਾਹਿਬ। ਪਰ ਜਿਨ੍ਹਾਂ ਨੂੰ ਨਹੀਂ ਪਤਾ ਇਹ ਸਾਡੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਦੇਸ਼ ਹੈ ਕਿ ਹਰ ਸਿੱਖ ਨੂੰ ਆਪਣੇ ਘਰ ਦੇ ਵਿੱਚ ਤਲਵਾਰ ਜਿਹੜੀ ਹੈ ਕਿਰਪਾਨ ਜਿਹੜੀ ਹੈ ਉਹ ਜ਼ਰੂਰ ਰੱਖਣੀ ਚਾਹੀਦੀ ਹੈ। ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਟੇਜ ਉੱਤੋਂ ਕਰ ਦਿੱਤੇ ਵੱਡੇ ਖੁਲਾਸੇ। ਸੁਣ ਸੁਣ ਲੋਕਾਂ ਦੇ ਉੱਡੇ ਹੋਸ਼। ਔਰ ਬਹੁਤ ਵੱਡੀ ਗੱਲ ਸਾਡੀ ਪਰੰਪਰਾ ਦੇ ਵਿੱਚੋਂ ਮਿਲਦੀ ਹੈ ਕਿ ਸ਼ਸਤਰਨ ਕੇ ਅਧੀਨ ਹੈ ਰਾਜ, ਰਾਜ ਜਿਹੜਾ ਹੈ ਉਹ ਸ਼ਸਤਰਾਂ ਦੇ ਅਧੀਨ ਹੈ। ਅੱਜ ਦੁਨੀਆਂ ਦੇ ਵਿੱਚ ਉਹੀ ਮੁਲਕ ਸਭ ਤੋਂ ਵੱਧ ਤਾਕਤਵਰ ਹੈ ਜਿਹਦੇ ਕੋਲ ਸਭ ਤੋਂ ਵੱਧ ਸੈਨਿਕ ਸ਼ਕਤੀ ਹੈ, ਜਿਹਦੇ ਕੋਲ ਸਭ ਤੋਂ ਵੱਧ ਜਿਹੜੇ ਨੇ ਉਹ ਖਤਰਨਾਕ ਹਥਿਆਰ ਨੇ। ਉਹੀ ਮੁਲਕ ਜਿਹੜਾ ਦੁਨੀਆਂ ਦੇ ਵਿੱਚ ਆਪਣਾ ਦਬਦਬਾ ਜਿਹੜਾ ਹੈ ਉਹ ਕਾਇਮ ਰੱਖਦਾ ਹੈ ਔਰ ਰੱਖ ਰਿਹਾ ਹੈ। ਇਸ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਖਾਲਸੇ ਦਾ ਅੰਗ ਜਿਹੜਾ ਹੈ ਇਸ ਸ਼ਸਤਰ ਨੂੰ 300 ਸਾਲ ਤੋਂ ਵੱਧ ਸਮਾਂ ਹੋ ਗਿਆ ਸਾਨੂੰ ਬਖਸ਼ੇ ਨੂੰ ਸਾਨੂੰ ਬਣਾਏ। ਅੰਮ੍ਰਿਤਪਾਲ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਕਈ ਤਰ੍ਹਾਂ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਹਨ, ਪਰ ਸਾਡਾ ਚੈਨਲ ਇਹਨਾਂ ਗੱਲਾਂ ਦੀ ਪੁਸ਼ਟੀ ਨਹੀਂ ਕਰਦਾ ਕਿ ਇਹ ਸਹੀ ਹਨ ਜਾਂ ਝੂਠ। ਤੁਸੀਂ ਅੰਮ੍ਰਿਤਪਾਲ ਅਤੇ ਗਿਆਨੀ ਹਰਪ੍ਰੀਤ ਵਿਚਾਰਾਂ ਨੂੰ ਕਿਵੇਂ ਦੇਖਦੇ ਹੋ ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਦਿਓ। ਸਾਡੇ ਚੈਨਲ ਦੇ ਨਾਲ ਬਣੇ ਰਹਿਣ ਲਈ ਧੰਨਵਾਦ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਹਾਨੂੰ ਨਵੇਂ ਨਵੇਂ ਅਪਡੇਟਸ ਦਿੰਦੇ ਰਹਾਂਗੇ।